ਅੱਜ ਮੈਂ ਤੁਹਾਡੇ ਨਾਲ ਜਿਸ ਪਲਾਂਟ ਦੀ ਗੱਲ ਕਰਨ ਜਾ ਰਿਹਾ ਉਹਦਾ ਨਾਮ ਹੈ ਲੈਮਨ ਗ੍ਰਾਸ। ਹੁਣ ਆਪਾਂ ਨਿੰਬੂ ਦੀ ਘਾਹ ਵੀ ਕਹਿ ਸਕਦੇ ਹਾਂ। ਇਹਦੀ ਜਿਹੜੀ ਸਮੈਲ ਹੁੰਦੀ ਹੈ ਉਹ ਨਿੰਬੂ ਵਰਗੀ ਹੁੰਦੀ ਹੈ ਅਤੇ ਇਹਨੂੰ ਬਹੁਤ ਹੀ ਆਯੁਰਵੈਦਿਕ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈਗਾ ਅਤੇ ਆਪਣੇ ਹਰੇਕ ਘਰ ਦੇ ਵਿੱਚ ਇਹ ਹੋਣੀ ਚਾਹੀਦੀ ਹੈਗੀ ਅਤੇ ਤੁਸੀਂ ਵੀ ਲਗਾਓ ਇਹਨੂੰ ਮਤਲਬ ਅਤੇ ਤੁਹਾਨੂੰ ਇਹਦੇ ਫਾਇਦੇ ਦੱਸੂੰਗਾ ਤੁਹਾਨੂੰ ਮੈਂ ਵੀ ਕਿਵੇਂ ਇਹਨੂੰ ਯੂਜ਼ ਕੀਤਾ ਜਾਂਦਾ ਹੈਗਾ ਅਤੇ ਨੈਕਸਟ ਵੀਡੀਓ 'ਚ ਯੂਜ਼ ਦੱਸੂੰਗਾ। ਪਹਿਲਾਂ ਦੱਸੂੰਗਾ ਇਹਦੀ ਕੇਅਰ ਵਗੈਰਾ ਅਤੇ ਕਿਵੇਂ ਇਹਦੇ ਪਲਾਂਟਸ ਆਪਾਂ ਲਗਾ ਸਕਦੇ ਹੈਗੇ। ਜਿਹੜਾ ਇਹ ਪਲਾਂਟ ਹੈਗਾ ਲੈਮਨ ਗ੍ਰਾਸ ਇਹ ਸਭ ਤੋਂ ਵੱਧ ਇੰਡੀਆ ਦੇ ਵਿੱਚ ਪ੍ਰੋਡਿਊਸ ਕੀਤਾ ਜਾਂਦਾ ਹੈਗਾ। ਜਿਹੜੇ ਹਿਮਾਲਿਆ ਦੀ ਆਪਣੀ ਰੇਂਜ ਹੈਗੀਆਂ ਜਾਂ ਸਿੱਕਮ ਹੈਗਾ, ਅਰੁਣਾਚਲ ਪ੍ਰਦੇਸ਼, ਕਰਨਾਟਕਾ, ਕੇਰਲਾ, ਉੱਥੇ ਇਹ ਪਲਾਂਟਸ ਲਗਾਇਆ ਜਾਂਦਾ ਹੈਗਾ। ਇਹਦੀ ਖੇਤੀ ਕੀਤੀ ਜਾਂਦੀ ਆ ਜਿਵੇਂ ਆਪਾਂ ਕਣਕ ਦੀ ਖੇਤੀ ਕਰਦੇ ਹਾਂ ਉਸ ਤਰ੍ਹਾਂ ਇਹਦੀ ਖੇਤੀ ਕੀਤੀ ਜਾਂਦੀ ਲੈਮਨ ਗ੍ਰਾਸ ਦੀ। ਅਤੇ ਇਹਦਾ ਜਿਹੜਾ ਆਇਲ ਨਿਕਲਦਾ ਹੈਗਾ ਉਹ 550 ਰੁਪਏ ਤੋਂ 600 ਰੁਪਏ ਤੱਕ ਕਿਲੋ ਦੇ ਹਿਸਾਬ ਨਾਲ ਮਤਲਬ ਵਿਕਦਾ ਹੈਗਾ। ਜਿਹੜੇ ਇਹਦੀ ਇਹ ਪੱਤੇ ਹੁੰਦੇ ਹਨ ਜਾਂ ਫਿਰ ਇਹਦੇ ਜਿਹੜੇ ਫਲਾਰਸ ਤੁਸੀਂ ਦੇਖ ਰਹੇ ਹੋ ਇਸ ਮਹੀਨੇ 'ਚ ਇਹਦੇ ਫਲਾਰਸ ਨਿਕਲਦੇ ਆ, ਇਹ ਇਹਨਾਂ ਨੂੰ ਫਲਾਰਸ ਦੇ ਵਿੱਚੋਂ ਹੀ ਤੇਲ ਕੱਢਿਆ ਜਾਂਦਾ ਹੈਗਾ ਜਿਹੜਾ ਕਿ ਕਾਫੀ ਮਹਿੰਗਾ ਵਿਕਦਾ ਹੈਗਾ। ਅਤੇ ਆਪਣੀ ਸਰਕਾਰ ਵੀ ਜੇ ਇੱਧਰਲੇ ਪਾਸੇ ਹੈਲਪ ਕਰੇ ਤਾਂ ਆਪਣੇ ਲੋਕਾਂ ਨੂੰ ਵੀ ਮਤਲਬ ਫਾਰਮਰਸ ਇਹੋ ਜਿਹੀ ਤਰੀਕ ਮਤਲਬ ਇਹੋ ਜਿਹੀਆਂ ਫਸਲਾਂ ਨੂੰ ਗਰੋ ਕਰਨ ਅਤੇ ਜ਼ਿਆਦਾ ਪੈਸੇ ਥੋੜ੍ਹੀ ਜ਼ਮੀਨ ਦੇ ਵਿੱਚੋਂ ਜ਼ਿਆਦਾ ਪੈਸਾ ਮਤਲਬ ਕਮਾ ਸਕਦੇ ਹੈਗੇ। ਪਰ ਸਰਕਾਰਾਂ ਪੰਜਾਬ ਦੇ ਵਿੱਚ ਵੈਸੇ ਹੀ ਬਹੁਤ ਘੱਟ ਹੈਲਪ ਕਰਦੀਆਂ ਹੈਗੀਆਂ ਅਤੇ ਫਾਰਮਰਸ ਨੂੰ ਤਾਂ ਜਮ੍ਹਾਂ ਹੀ ਨਹੀਂ ਕਰ ਰਹੀ ਹੈਗੇ ਅੱਜ ਕੱਲ੍ਹ ਤਾਂ, ਠੀਕ ਹੈ, ਤਾਂ ਹੀ ਉਹ ਕਿਸਾਨ ਮਰ ਰਿਹਾ ਹੈਗਾ। ਅਤੇ ਇਹ ਫਸਲਾਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਜੇ ਆਪਾਂ ਗਰੋ ਕਰੀਏ ਅਤੇ ਫਾਇਦਾ ਵੀ ਬਹੁਤ ਜ਼ਿਆਦਾ ਹੈਗਾ ਅਤੇ ਕੇਅਰ ਵੀ ਬਹੁਤ ਘੱਟ ਕਰਨੀ ਪੈਂਦੀ ਆ। ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਥੋੜ੍ਹੇ ਥੋੜ੍ਹੇ ਕਲਿੱਪ ਦਿਖਾਊਂਗਾ ਕਿ ਕਿਸ ਤਰ੍ਹਾਂ ਇਹਨੂੰ ਲਗਾਇਆ ਜਾਂਦਾ ਹੈਗਾ ਅਤੇ ਮਤਲਬ ਇੰਨੀ ਇੰਨੀ ਵਿੱਥ ਦੇ ਉੱਪਰ ਦੇਖੋ ਦੋ ਪਲਾਂਟ ਹਨ, ਤੀਜਾ ਪਲਾਂਟ ਇੱਧਰਲੇ ਪਾਸੇ ਹੈਗਾ, ਇੰਨੀ ਇੰਨੀ ਵਿੱਥ ਦੇ ਵਿਚਾਲੇ ਇਹਨੂੰ ਲਗਾਇਆ ਜਾਂਦਾ ਹੈਗਾ। ਉਸ ਤੋਂ ਬਾਅਦ ਇਹਦੀ ਕਟਿੰਗ ਕਰਨ ਤੋਂ ਬਾਅਦ ਇਹ ਤੋਂ ਤੇਲ ਐਕਸਟਰੈਕਟ ਕੀਤਾ ਜਾਂਦਾ ਹੈਗਾ, ਤੇਲ ਕੱਢਿਆ ਜਾਂਦਾ ਹੈਗਾ। ਉਸ ਤੇਲ ਨੂੰ ਫਿਰ ਯੂਜ਼ ਕਰਦੇ ਹੈਗੇ ਮੈਡੀਸਨ ਦੇ ਵਾਸਤੇ, ਹੋਰ ਆਪਣੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਵਾਸਤੇ। ਉਹ ਤੁਹਾਨੂੰ ਮੈਂ ਨੈਕਸਟ ਵੀਡੀਓ ਦੱਸੂਗਾ ਕੀ ਕੁਛ ਯੂਜ਼ ਹੈ। ਪਹਿਲਾਂ ਤਾਂ ਜਿਹੜੀ ਇਸ ਪਲਾਂਟ ਨੂੰ ਜੇ ਤੁਸੀਂ ਘਰੇ ਲਗਾਉਣਾ ਗਮਲੇ ਵਿੱਚ ਵੀ ਲਗਾ ਸਕਦੇ ਹੋ ਅਤੇ ਇਹਨੂੰ ਡੇਲੀ ਤੌਰ 'ਤੇ ਯੂਜ਼ ਵੀ ਕਰ ਸਕਦੇ ਹੋ। ਜਿਹੜੀ ਇਹਦੀ ਟੀ ਬਣਦੀ ਹੈ ਲੈਮਨ ਗ੍ਰਾਸ ਟੀ, ਟੀ ਬਣਾ ਸਕਦੇ ਹੋਗੇ, ਸਵੇਰੇ ਉੱਠ ਕੇ ਪੀ ਸਕਦੇ ਹੋ, ਉਹਦੇ ਵੀ ਤੁਹਾਨੂੰ ਫਾਇਦਾ ਦੱਸੂਗਾ ਮੈਂ, ਉਹ ਵੀ ਨੈਕਸਟ ਵੀਡੀਓ ਦੇ ਵਿੱਚ। ਪਰ ਇਸ ਵਿੱਚ ਤਾਂ ਥੋੜ੍ਹਾ ਬਸ ਇਵੇਂ ਦੱਸਣਾ ਕਿਸ ਤਰ੍ਹਾਂ ਇਹਨੂੰ ਗਰੋ ਕਰ ਸਕਦੇ ਹਾਂ ਆਪਾਂ ਨੋਰਮਲ ਧਰਤੀ ਦੇ ਵਿੱਚ ਆਪਾਂ ਨੂੰ ਗਰੋ ਕਰ ਸਕਦੇ ਹਾਂਗੇ, ਠੀਕ ਹੈ। ਖਾਦ ਵਗੈਰਾ ਇਹਨੂੰ ਚੰਗੀ ਚਾਹੀਦੀ ਹੈਗੀ ਅਤੇ ਨਿਊਟ੍ਰੀਸ਼ਨ ਜਿਹ 'ਚ ਵਧੀਆ ਹੋਣ। ਜੇ ਤੁਸੀਂ ਇਹਨੂੰ ਪੋਟ ਦੇ ਵਿੱਚ ਲਗਾਉਣਾ ਗਾ ਜੇ ਤੁਸੀਂ ਇਹਨੂੰ ਪੋਟ ਦੇ ਵਿੱਚ ਲਗਾਉਣਾ ਗਾ ਤਾਂ ਫਿਰ ਤੁਸੀਂ ਵੈਲ ਡਰੇਨ ਜਿਹੜੀ ਸੋਇਲ ਹੋਊਗੀ ਤੁਹਾਡੀ ਉਹ ਯੂਜ਼ ਕਰਨਾ ਅਤੇ ਜਿਹਦੇ ਵਿੱਚ ਮਤਲਬ ਪਾਣੀ ਜ਼ਿਆਦਾ ਵੀ ਨਾ ਖੜ੍ਹੇ ਅਤੇ ਘੱਟ ਵੀ ਨਾ ਮਤਲਬ ਸੁੱਕ ਵੀ ਨਾ ਜਾਵੇ ਛੇਤੀ, ਕਿਉਂਕਿ ਪਾਣੀ ਜ਼ਿਆਦਾ ਮੰਗਦੀ ਹੈਗੀ। ਅਤੇ ਇਹਦੇ ਵਿੱਚੋਂ ਮਤਲਬ ਇਹਨੂੰ ਵੱਡੇ ਵੱਡੇ ਪਲਾਂਟਸ ਜਿਹੜੇ ਆਪਣੀ ਫੈਕਟਰੀਆਂ ਲਗਾਈਆਂ ਹੁੰਦੀਆਂ ਉੱਥੇ ਜਾ ਕੇ ਇਹਨਾਂ ਨੂੰ ਇਹਦੇ ਜਿਹੜੇ ਪੱਤੇ ਵਗੈਰਾ ਹੁੰਦੇ ਆ ਉਹਨਾਂ ਤੋਂ ਐਕਸਟਰੈਕਟ ਕਰਦੇ ਆ, ਇਹਦੇ 'ਚ ਆਇਲ ਕੱਢਦੇ ਹੈਗੇ। ਉਹ ਤੁਹਾਨੂੰ ਮੈਂ ਨਾਲ ਹੀ ਇਹਦੇ ਕਲਿੱਪ ਲਾ ਕੇ ਦੱਸੂਗਾ। ਇਸ ਤੋਂ ਬਾਅਦ ਕਲਿੱਪ ਲੱਗੀ ਹੋਊਗੀ ਉਸ ਤੁਸੀਂ ਦੇਖ ਸਕਦੇ ਹੋ ਕਿਸ ਇਸ ਪਲਾਂਟ ਦੇ ਲਈ ਜਿਹੜੀ ਮਿੱਟੀ ਹੋਣੀ ਚਾਹੀਦੀ ਹੈ ਵੈਲ ਡਰੇਨ ਹੋਵੇ ਅਤੇ ਉਹ 'ਚ ਨਿਊਟ੍ਰੀਸ਼ਨ ਵਧੀਆ ਹੋਣ, ਤਾਂ ਕਰਕੇ ਤੁਸੀਂ ਉਹ 'ਚ ਰੂੜੀ ਦੀ ਖਾਦ ਵੀ ਮਿਕਸ ਕਰ ਸਕਦੇ ਹੋ ਅਤੇ ਵਰਮੀ ਕੰਪੋਸਟ ਮਿਕਸ ਕਰ ਸਕਦੇ ਹੋ, ਠੀਕ ਹੈ। ਅਤੇ ਪਾਣੀ ਇਹਨੂੰ ਜਿਹੜਾ ਤੁਸੀਂ ਦੇਣਾ ਗਾ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਬਾਅਦ ਬਾਅਦ ਦੇਣਾ, ਮਤਲਬ ਜਦੋਂ ਜਿਹਦੇ ਪੱਤੇ ਜਿਹੜੇ ਸੁੱਕਣ ਲੱਗ ਜਾਣ, ਜਿਵੇਂ ਹੁਣ ਇਹ ਤਾਂ ਠੰਡ ਕਰਕੇ ਸੁੱਕੇ ਹੋਏ ਪੱਤੇ ਹੈਗਾ, ਜਦੋਂ ਇਹਦੇ ਪੱਤੇ ਸੁੱਕ ਜਾਣੇ ਇਸ ਤਰ੍ਹਾਂ, ਠੀਕ ਹੈ, ਜਦੋਂ ਉਹਨੂੰ ਆਪਾਂ ਇਵੇਂ ਵੀ ਦੇਖਾਂਗੇ ਨਾ ਤੁਹਾਨੂੰ ਪਤਾ ਲੱਗ ਜੂਗਾ ਕਿ ਪਲਾਂਟ ਪਾਣੀ ਮੰਗ ਰਿਹਾ ਹੈਗਾ। ਸਭ ਤੋਂ ਮੇਨ ਚੀਜ਼ ਤਾਂ ਇਹੀ ਹੁੰਦੀ ਹੈਗੀ, ਕਿਉਂਕਿ ਜੇ ਆਪਾਂ ਪਾਣੀ ਜ਼ਿਆਦਾ ਦੇ ਦਾਂਗੇ ਇਹਨੂੰ ਤਾਂ ਇਹ ਗਲ ਜਾਏਗੀ, ਸੜ ਜਾਏਗੀ ਜੜ੍ਹਾਂ ਜਿਹੜੀਆਂ ਹੈਗੀਆਂ ਰੂਟਸ। ਅਤੇ ਤੁਸੀਂ ਲਗਾਉਣਾ ਕਿਵੇਂ ਹੈਗਾ ਉਹਦੀ ਤੁਹਾਨੂੰ ਮੈਂ ਇਹਦੇ ਨਾਲ ਇੱਕ ਹੋਰ ਕਲਿੱਪ ਲਾ ਕੇ ਦਿਖਾਊਂਗਾ ਕਿ ਕਿਸ ਤਰ੍ਹਾਂ ਇਹਦੀ ਜਿਹੜੀ ਰੂਟ ਕੱਢੀ ਹੁੰਦੀ ਹੈ ਉਹਨੂੰ ਤੁਸੀਂ ਧਰਤੀ ਵਿੱਚ ਲਗਾ ਸਕਦੇ ਹੋਗੇ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਤੁਸੀਂ ਇਹਨੂੰ ਲਗਾਉਣਾ ਗਾ। ਅਤੇ ਇਹਨੂੰ ਜ਼ਿਆਦਾ ਕੋਈ ਕੇਅਰ ਦੀ ਲੋੜ ਨਹੀਂ ਪੈਂਦੀ ਗੀ, ਬਸ ਤੁਸੀਂ ਨਿਊਟ੍ਰੀਸ਼ਨ ਵਗੈਰਾ ਉਹਨੂੰ ਮਤਲਬ ਜਦੋਂ ਆਪਾਂ ਪਾ ਤੇ ਇਹਦੇ ਵਿੱਚ ਖਾਦ ਵਗੈਰਾ ਮਿਕਸ ਕਰਤੀ ਤਾਂ ਉਦੋਂ ਬਾਅਦ ਤੁਸੀਂ ਆਰਾਮ ਨਾਲ ਇਹਨੂੰ ਲਗਾ ਸਕਦੇ ਹੋਗੇ ਅਤੇ ਆਪਣੇ ਆਪ ਗਰੋ ਕਰਦੀ ਜਾਏਗੀ। ਬਸ ਇਹਨੂੰ ਪਾਣੀ ਜ਼ਿਆਦਾ ਨਹੀਂ ਦੇਣਾ ਗਾ, ਜਦੋਂ ਲੋੜ ਪਊਗੀ ਪਾਣੀ ਦੀ ਉਦੋਂ ਦੇਣਾ ਗਾ। ਤੁਸੀਂ ਭਲਾਂ ਇਹਨੂੰ ਧੁੱਪ ਵਿੱਚ ਰੱਖੋ ਅਤੇ ਭਲਾਂ ਤੁਸੀਂ ਛਾਂ ਵਿੱਚ ਉਗਾ ਸਕਦੇ ਹੋ, ਕਿਸੇ ਵੀ ਜਗ੍ਹਾ 'ਤੇ ਉਗਾ ਸਕਦੇ ਹੋ। ਇਹ ਦੇਖੋ ਹੁਣ ਪੂਰੇ ਧੁੱਪ ਦੇ ਵਿੱਚ ਉਗਾ ਰੱਖੀ ਹੈਗੀ, ਨਵੀਆਂ ਨਵੀਆਂ ਸ਼ੂਟਸ ਥੱਲੇ ਨਿਕਲ ਰਹੀਆਂ ਹੈਗੀਆਂ ਇਹਦੀਆਂ ਇਸ ਤਰ੍ਹਾਂ, ਅਤੇ ਜਿਹੜੀ ਕਿ ਦੇਖਣ ਨੂੰ ਵੀ ਬਹੁਤ ਸੁੰਦਰ ਲੱਗਦੀ ਹੈ। ਹੁਣ ਥੋੜ੍ਹਾ ਜਿਹਾ ਕਲਰ
ਬਲੈਕ ਜਿਹਾ ਹੋ ਰੱਖਿਆ, ਪੱਤੇ ਬਰਾਊਨ ਹੋ ਰੱਖੇ ਹੈਗੇ, ਸੁੱਕ ਰੱਖੇ ਹੈਗੇ, ਥੋੜ੍ਹੇ ਜਿਹੇ ਔਡ ਜਿਹੇ ਲੱਗਦੇ ਹੈਗੇ। ਇਹ ਜੋ ਤੁਹਾਨੂੰ ਮੈਂ ਕਿਹਾ ਸੀਗਾ ਕਿ ਲੈਮਨ ਗ੍ਰਾਸ ਲਗਾ ਕੇ ਦਿਖਾਊਂਗਾ ਤੁਹਾਨੂੰ ਮੈਂ, ਇਹ ਲੈਮਨ ਗ੍ਰਾਸ ਦੇ ਇਸ ਤਰ੍ਹਾਂ ਦੇ ਨੀਚੇ ਗੰਢਾਂ ਜੀ ਹੁੰਦੀਆਂ ਨੇ, ਇਹਨੂੰ ਸਾਫ਼ ਕਰਕੇ ਇਸ ਤਰ੍ਹਾਂ। ਆਹ ਦੇਖੋ ਇਹ 'ਚ ਨਵੀਆਂ ਨਵੀਆਂ ਰੂਟਸ ਬਣਨੀਆਂ ਸਟਾਰਟ ਹੋ ਗਈਆਂ ਹੈਗੀਆਂ, ਆਹ ਦੇਖੋ ਠੀਕ ਹੈ, ਇਹ ਨਵੀਂ ਨਵੀਂ ਰੂਟਸ ਵਿੱਚ ਬਣਨੀਆਂ ਸਟਾਰਟ ਹੋ ਗਈਆਂ ਹੈਗੀਆਂ। ਅਤੇ ਇਸ ਤਰ੍ਹਾਂ ਤੁਸੀਂ ਇੱਕ ਦੋ ਇਹਦੇ 'ਚ ਪੀਸ ਲੈ ਕੇ, ਠੀਕ ਹੈ, ਇਹ ਉਸੇ ਪਲਾਂਟ ਦੇ ਹਿੱਸੇ ਹਨ ਜਿਹੜਾ ਤੁਹਾਨੂੰ ਮੈਂ ਵੀਡੀਓ 'ਚ ਦਿਖਾਇਆ ਗਾ। ਇਹਨਾਂ ਨੂੰ ਇਸ ਤਰ੍ਹਾਂ ਦੇ, ਇਹਨਾਂ ਦੇ ਵਿੱਚੋਂ ਥੋੜ੍ਹੇ ਜਿਹੇ ਪਲਾਂਟ ਲੈ ਕੇ ਤੁਸੀਂ, ਠੀਕ ਹੈ, ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ। ਅਤੇ ਇੱਕ ਇਸ ਤਰ੍ਹਾਂ ਦਾ, ਜਾਂ ਤੁਹਾਡੇ ਕੋਈ ਵੀ ਪੋਟ ਹੈ, ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਪੋਟ ਹੈ, ਜਾਂ ਤੁਸੀਂ ਇਹੋ ਜਿਹੇ ਪੋਟ ਵਿੱਚ, ਠੀਕ ਹੈ, ਆਪਣੇ ਜਿਹੜੇ ਟੈਰਾਕੋਟ ਦੇ ਪੋਟ ਹੁੰਦੇ ਹਨ ਉਹਨਾਂ 'ਚ ਲਗਾ ਦਿਓ, ਠੀਕ ਹੈ, ਇਹ ਵੀ ਟੈਰਾਕੋਟ ਦਾ ਹੈ, ਮਿੱਟੀ ਦਾ ਪਲਾਂਟ। ਇਹ 'ਚ ਮੈਂ ਕੁਛ ਹੋਰ ਲਗਾਉਣਾ ਗਾ, ਮੈਂ ਤੁਹਾਨੂੰ ਇਹ 'ਚ ਪਲਾਸਟਿਕ ਦੇ ਪੋਟ ਵਿੱਚ ਲਗਾ ਦਿਖਾਉਂਦਾ। ਇਹਦੇ ਵਿੱਚ ਤੁਸੀਂ ਜਿਹੜੀ ਮਿਲਾਓਗੇ, ਜਿਹੜੀ ਮਿੱਟੀ ਵਗੈਰਾ ਮਿਲਾਓਗੇ, ਉਹਦੇ ਵਿੱਚ ਇੱਕ ਹਿੱਸਾ ਬਰੇਤੀ ਹੋਵੇ, ਪੱਥਰ ਹੋਣ ਥੋੜ੍ਹੇ ਬਹੁਤ, ਪੈਬਲਸ, ਤਾਂ ਕਿ ਇਹ 'ਚ ਜ਼ਿਆਦਾ ਪਾਣੀ ਨਾ ਖੜੇ, ਕਿਉਂਕਿ ਜਦੋਂ ਜ਼ਿਆਦਾ ਪਾਣੀ ਖੜੂਗਾ ਲੈਮਨ ਗ੍ਰਾਸ ਦੇ ਵਿੱਚ ਤਾਂ ਇਹ ਗਲ ਜਾਣਗੇ ਇਹਦੇ ਜਿਹੜੇ ਰੂਟਸ ਨੀਚੇ ਤੋਂ। ਤਾਂ ਇਸ ਦੇ ਲਈ ਤੁਸੀਂ ਇੱਕ ਹਿੱਸਾ ਬਰੇਤੀ, ਇੱਕ ਹਿੱਸਾ ਕੰਕੜ ਪੱਥਰ ਮਿਲਾ ਲਿਓ, ਠੀਕ ਆ, ਅਤੇ ਖਾਦ ਪਾ ਲਿਓ ਵਿੱਚ, ਨਾਈਟ੍ਰੋਜਨ ਜਿਹੜੀ ਆਪਣੀ ਹੁੰਦੀ ਆ, ਜਿਹਨੂੰ ਆਪਾਂ ਮੇਨਲੀ ਆਪਾਂ ਯੂਜ਼ ਕਰਦੇ ਹਾਂ, ਜਿਹੜੀ ਮਨਿਓਰ ਜਿਹੜੀ ਹੁੰਦੀ ਆ ਆਪਣੀ ਰੂੜੀ ਦੀ ਖਾਦ ਹੁੰਦੀ ਆ, ਉਹਨੂੰ ਯੂਜ਼ ਕਰ ਲਿਓ। ਅਤੇ ਇਸ ਪਲਾਂਟ ਨੂੰ ਇਹਦੇ ਵਿੱਚ ਮਿੱਟੀ ਦੇ ਵਿੱਚ, ਠੀਕ ਹੈ, ਲਗਾ ਦਿਓ। ਅਤੇ ਲਗਾਉਣ ਤੋਂ ਬਾਅਦ ਇਹਨੂੰ ਥੋੜ੍ਹਾ ਬਹੁਤ ਪਾਣੀ ਦੇ ਦਿਓ, ਜ਼ਿਆਦਾ ਮਤਲਬ ਇਹੋ ਜਿਹਾ, ਜੇ ਤੁਸੀਂ ਪਲਾਸਟਿਕ ਦੇ ਪੋਟ ਵਿੱਚ ਲਗਾਓਗੇ ਨਾ, ਤਾਂ ਜ਼ਿਆਦਾ ਮਿੱਟੀ ਜੀ ਨਾ ਹੋਵੇ ਉਹਦੇ 'ਚ, ਬਰੇਤੀ ਥੋੜ੍ਹੀ ਮਿਕਸ ਕਰ ਲੈਣਾ, ਤਾਂ ਕਿ ਜਿਹੜੀਆਂ ਇਹਦੀਆਂ ਰੂਟਸ ਹੋਣਗੀਆਂ ਪਲਾਂਟ ਦੀਆਂ, ਜਿਹੜੀਆਂ ਰੂਟਸ ਹੋਣਗੀਆਂ ਪਲਾਂਟ ਦੀਆਂ, ਉਹ ਗਲ ਨਾ, ਅਤੇ ਜਿਹੜਾ ਪਾਣੀ ਹੈ ਸਾਰਾ ਉਹ ਡਰੇਨ ਆਊਟ ਹੋ ਜਾਵੇ, ਕਿਉਂਕਿ ਇਸ ਪਲਾਂਟ ਨੂੰ ਡਰੇਨ ਆਊਟ ਵਾਲਾ ਜਿਹੜੀ ਸੋਇਲ ਹੈਗੀ ਉਹ ਪਸੰਦ ਆ ਜ਼ਿਆਦਾ, ਨਾ ਕਿ ਗਿੱਲੀ ਜੀ ਸੋਇਲ ਜਿਹਦੇ ਵਿੱਚ ਮਤਲਬ ਜ਼ਿਆਦਾ ਪਾਣੀ ਖੜ੍ਹਾ ਰਹਿੰਦਾ ਹੋਵੇ, ਕਿਉਂਕਿ ਜੇ ਜ਼ਿਆਦਾ ਪਾਣੀ ਖੜ੍ਹਾ ਰਹੇਗਾ ਤਾਂ ਜਿਹੜੀਆਂ ਇਹਦੀ ਰੂਟਸ ਹੋਣਗੀਆਂ ਸਾਰੀਆਂ ਉਹ ਖਰਾਬ ਹੋ ਜਾਣਗੀਆਂ। ਅਤੇ ਇਸ ਪਲਾਂਟ ਨੂੰ ਹਫ਼ਤੇ ਤੋਂ 10 ਦਿਨਾਂ ਵਿੱਚ ਤੁਸੀਂ ਪਾਣੀ ਦੇਣਾ ਗਾ, ਜ਼ਿਆਦਾ ਵਾਟਰਿੰਗ ਨਹੀਂ ਕਰਨੀ ਗੀ, ਓਵਰ ਵਾਟਰਿੰਗ ਕਰੋਗੇ ਤਾਂ ਪਲਾਂਟ ਖਰਾਬ ਹੋ ਜਾਏਗਾ। ਅਤੇ ਇਸ ਤੋਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਮੈਂ ਦਿਖਾਊਂਗਾ ਕਿ ਤੁਸੀਂ ਇਸ ਨੂੰ ਕਿਵੇਂ ਯੂਜ਼ ਕਰ ਸਕਦੇ ਹੋ ਖਾਣ ਲਈ, ਅਤੇ ਸਲਾਦ ਵਗੈਰਾ ਜਿਵੇਂ ਵੀ ਅਲੱਗ ਅਲੱਗ ਤਰੀਕੇ ਦੇ ਨਾਲ ਯੂਜ਼ ਦੱਸੂਗਾ। ਇਸ ਪਲਾਂਟ ਦੀ ਜਿਹੜੀ ਮਾਰਕੀਟ ਹੈਗੀ ਉਹ ਵੀ ਬਹੁਤ ਜ਼ਿਆਦਾ ਹੈਗੀ, ਜੇ ਕਿਸਾਨ ਲਗਾਉਣ ਤਾਂ ਬਹੁਤ ਫਾਇਦੇ ਵਿੱਚ ਰਹਿਣਗੇ ਮਤਲਬ, ਅਤੇ ਸਰਕਾਰਾਂ ਵੀ ਜੇ ਹੈਲਪ ਕਰਨ, ਸਬਸਿਡੀ ਦੇਣ, ਅਤੇ ਇਹ ਆਪਾਂ ਨੂੰ ਆਮ ਹੀ ਨਰਸਰੀ ਤੋਂ ਪਲਾਂਟ ਮਿਲ ਹੀ ਜਾਂਦਾ ਗਾ, ਅਤੇ ਜਿਹਨਾਂ ਨੂੰ ਤੁਸੀਂ ਘਰ ਵਿੱਚ ਉਗਾ ਕੇ ਆਪਣੇ ਘਰ ਵਿੱਚ ਯੂਜ਼ ਕਰ ਸਕਦੇ ਹੋ, ਆਪਣੇ ਸਬਜ਼ੀਆਂ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ, ਜਾਂ ਸਵੇਰੇ ਟੀ ਬਣਾਉਣ ਵਿੱਚ ਯੂਜ਼ ਕਰ ਸਕਦੇ ਹੋ, ਹੋਰ ਕਾਫੀ ਇਹਦੇ ਯੂਜ਼ ਹੋਣਗੇ ਉਹਨਾਂ ਦੱਸੂਗਾ ਤੁਹਾਨੂੰ ਮੈਂ। ਅਤੇ ਇਹ ਵੀ ਇੱਕ ਮੈਡੀਸਨਲ ਆਯੁਰਵੈਦਿਕ ਪਲਾਂਟ ਹੈ ਜਿਹੜਾ ਕਿ ਇੰਡੀਆ ਦੇ ਵਿੱਚ ਹੀ ਸਭ ਤੋਂ ਵੱਧ ਗਰੋਥ ਹੁੰਦਾ ਹੈ, ਅਤੇ 80% ਜਿਹੜਾ ਵਰਲਡ ਦਾ 80% ਜਿਹੜਾ ਗਾ ਆਪਣੇ ਇੰਡੀਆ 'ਚੋਂ ਹੀ ਇਹ ਗਰੋਥ ਹੁੰਦੀ ਹੈ ਇਹਦੀ, ਅਤੇ ਆਪਾਂ ਵੀ ਇਹਨੂੰ ਘਰ ਲਗਾ ਸਕਦੇ ਹਾਂਗੇ। ਅਤੇ ਨੈਕਸਟ ਵੀਡੀਓ ਵਿੱਚ ਤੁਸੀਂ ਇਹਦੇ ਬਾਰੇ ਜਿਹੜੇ ਇਹਦੇ ਫਾਇਦੇ ਹੋਣਗੇ ਉਹ ਦੇਖਣਾ, ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਮੀ ਬਣ ਜਾਂਦੀ ਹੈ। ਉਹ 'ਚ ਇਕੱਲੇ ਬਸ ਇਹਦੇ ਲੈਮਨ ਗ੍ਰਾਸ ਦੇ ਫਾਇਦੇ, ਅਤੇ ਇੱਕ ਜਿਹੜੀ ਹੈਗੀ ਟੀ, ਜਿਹੜੀ ਲੈਮਨ ਟੀ ਦੇ ਫਾਇਦੇ ਜਿਹੜੇ ਹੁੰਦੇ ਹੈਗੇ ਉਹ ਦੱਸ ਦੂੰਗਾ ਤੁਹਾਨੂੰ, ਕਿਵੇਂ ਉਹਨੂੰ ਬਣਾਉਣਾ ਗਾ, ਅਤੇ ਉਹ ਤੁਸੀਂ ਦੇਖ ਲਿਓ। ਅਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਅਤੇ ਆਪਣੇ ਗਾਰਡਨ ਦੇ ਵਿੱਚ ਵੀ ਇਹ ਪਲਾਂਟ ਨੂੰ ਐਡ ਕਰਨਾ। ਹੁਣ ਮੈਂ ਬੱਚਿਆਂ ਨੂੰ ਵੀ ਇੱਥੇ ਕਾਫੀ ਪਲਾਂਟ ਇਹਦੇ ਵੰਡੇ ਹੈਗੇ ਇਹਦੇ ਵਿੱਚੋਂ ਹੀ ਮਤਲਬ ਤੋੜ ਕੇ, ਕਿਉਂਕਿ ਇਹਦੀਆਂ ਜਿਹੜੀਆਂ ਰੂਟਸ ਹੁੰਦੀਆਂ ਹਨ ਉਹਦੇ 'ਚੋਂ ਹੀ ਨਵੇਂ ਨਵੇਂ ਪਲਾਂਟ ਨਿਕਲਦੇ ਰਹਿੰਦੇ ਹਨ, ਜਿਹੜੇ ਕਿ ਵਧੀਆ ਗਰੋਥ ਕਰਦੇ ਰਹਿੰਦੇ ਹਨ।